ਅਤੇ ਗੁਰੂ ਨੂੰ ਪਿਆਰੀ ਸਾਧ ਸਿੰਘ ਜੀ ਸਾਰੀ ਉਮਰ ਬਾਣੀ ਪੜ੍ਹਦੇ ਰਹੋ, ਸਾਰੀ ਉਮਰ ਪੜ੍ਹਦੇ ਰਹੋ, ਅਤੇ ਐਵੇਂ ਨਾ ਭੁਲੇਖੇ 'ਚ ਪੈ ਜਾਓ ਕਿਤੇ ਵੀ ਆਪਾਂ ਤਾਂ ਇੰਨੇ ਕੁ ਪਾਠ ਕੀਤੇ, ਇੰਨੀ ਗੁਰਬਾਣੀ ਪੜ੍ਹੀ ਹੈ, ਅਤੇ ਸੱਚਖੰਡ ਪਹੁੰਚਣਾ ਹੀ ਪਹੁੰਚਣਾ, ਜਾਣਾ ਹੀ ਜਾਣਾ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਬਾਣੀ 'ਚ ਲਿਖਿਆ, ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ, ਕਹਿੰਦੇ ਇਹਨੂੰ ਪੜ੍ਹ ਕੇ ਰੱਬ ਦਾ ਭੇਦ ਨਹੀਂ ਆ ਜਾਂਦਾ, ਗੁਰਬਾਣੀ ਨੂੰ ਪੜ੍ਹ ਕੇ ਆਪਣੇ ਆਪ ਦਾ ਭੇਦ ਨਹੀਂ ਆ ਜਾਂਦਾ, ਬੁੱਝਿਆ ਪਾਵਣਾ, ਬੁੱਝਿਆ ਦਾ ਪਾਉਂਦਾ ਕਿਸੇ ਚੀਜ਼ ਨੂੰ ਸਮਝਣਾ। ਜਿਹੜੇ ਬੱਚੇ ਕੋਈ ਬਾਜ਼ਾਰ ਤੋਂ ਪਾਉਂਦੇ ਕੀ ਕਹਿੰਦੇ, ਬੁੱਝ ਤੂੰ ਕਿੱਦਾਂ ਬੁੱਝ ਲਈ, ਉਹ ਪਤਾ ਕੀ ਕਹਿੰਦਾ ਅੱਗੋਂ, ਕਹਿੰਦਾ ਤੁਸੀਂ ਇਹਦੀ ਬਾਜ਼ਾਰ 'ਤੇ ਧਿਆਨ ਨਾਲ ਸਮਝੀ ਨਹੀਂ, ਜੇ ਸਮਝ ਲੈਂਦਾ ਸਮਝ ਲੱਗ ਗਈ ਬੁੱਝ ਜਾਂਦੀ। ਇਹਦਾ ਮਤਲਬ ਕੋਈ ਗੱਲ ਦੀ ਸਮਝ ਲੱਗ ਜਾਏ ਅਤੇ ਉਹਨੂੰ ਬੁੱਝਣਾ ਕਹਿੰਦੇ ਆ। ਸਾਨੂੰ ਗੁਰਬਾਣੀ ਦੀ ਸਮਝ ਲੱਗੀ ਨਹੀਂ ਅਤੇ ਅਸੀਂ ਇਹਨੂੰ ਪੜ੍ਹ ਕੇ ਲੱਭਦੇ, ਰੱਬ ਲੱਭਣ 'ਚ ਨਹੀਂ ਲੱਭਣਾ, ਸਾਨੂੰ ਉਹਨੂੰ ਸੋਝ ਹੀ ਲੈਣੀ ਪੈਣੀ ਹੈ, ਸਾਨੂੰ ਸਮਝਣਾ ਪੈਣਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿ ਕੀ ਰਹੇ ਆ, ਸਾਨੂੰ ਦੇ ਕੀ ਰਹੇ ਆ, ਸਾਨੂੰ ਮਾਰ ਕਿਹੜੇ 'ਤੇ ਤੋੜਨਾ ਚਾਹੁੰਦੇ ਆ, ਉੱਥੋਂ ਤੱਕ ਪਹੁੰਚਾਂਗੇ ਤਾਂ ਗੱਲ ਬਣਨੀ, ਉੱਦਾਂ ਗੱਲ ਨਹੀਂ ਬਣਨੀ।